ਹੈਲੋ ਐਂਡ ਵੈਲਕਮ ਟੂ ਦਾ YouTube ਚੈਨਲ ਲਰਨ ਵਿਦ ਹਰਵਿੰਦਰ ਸਰ ਅੱਜ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਪੰਜਾਬੀ ਵਿੱਚ ਐਸੇ ਲੇਖ ਕਿਰਤ ਦੀ ਮਹਾਨਤਾ ਪਿਆਰੇ ਵਿਦਿਆਰਥੀਓ ਇਹ ਜਿਹੜਾ ਲੇਖ ਹੈ ਕਿਰਤ ਦਾ ਸਤਕਾਰ ਕਰ ਮਜ਼ਦੂਰੀ ਖਾਚੂਰੀ ਉਦਮ ਅੱਗੇ ਲక్ష్ਮੀ ਪੱਖੇ ਅੱਗੇ ਪਾਉਣ ਇਹਨਾਂ ਸਿਰ ਲਿਖਾਂ ਹੇਠ ਵੀ ਪੁੱਛਿਆ ਜਾ ਸਕਦਾ ਹੈ ਆਓ ਸ਼ੁਰੂ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਭੂਮਿਕਾ ਹਰ ਮਨੁੱਖ ਰੋਜ਼ੀ ਰੋਟੀ ਕਮਾਉਣ ਲਈ ਕੋਈ ਨਾ ਕੋਈ ਕੰਮ ਕਰਦਾ ਹੈ ਕਿਉਂਕਿ ਜੀਵਨ ਦੀਆਂ ਲੋੜਾਂ ਵੇਲਿਆਂ ਰਹਿ ਕੇ ਪੂਰੀਆਂ ਨਹੀਂ ਹੋ ਸਕਦੀਆਂ जानवर ਅਤੇ ਪਸ਼ੂ ਪੰਛੀ ਵੀ ਆਪੋ ਆਪਣੀ ਸਰੀਰਕ ਅਵਸਥਾ ਅਨੁਸਾਰ ਕੰਮ ਕਰ ਰਹੇ ਹਨ ਇਸ ਲਈ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਕੰਮ ਹੀ ਜ਼ਿੰਦਗੀ ਹੈ ਅਰਥ ਕਿਰਤ ਦਾ ਅਰਥ ਹੈ ਇਮਾਨਦਾਰੀ ਨਾਲ ਕੀਤੀ ਗਈ ਕਮਾਈ ਕਿਰਤ ਕਰਨਾ ਮਨੁੱਖੀ ਜੀਵਨ ਦਾ ਪ੍ਰਮੁੱਖ ਅੰਗ ਹੈ ਕਿਰਤੀ ਮਨੁੱਖ ਜਿੱਥੇ ਆਪਣੀ ਕਿਰਤ ਵਿੱਚੋਂ ਹੀ ਜੀਵਨ ਨਿਰਵਾਹ ਕਰਦਾ ਹੈ ਉੱਥੇ ਉਸ ਨੂੰ ਆਤਮਿਕ ਆਨੰਦ ਵੀ ਮਿਲਦਾ ਹੈ ਕਿਰਤੀ ਮਨੁੱਖ ਨੂੰ ਆਪਣੀ ਮਿਹਨਤ ਨਾਲ ਮਿਲੀ ਰੁੱਖੇ ਮਿੱッセ ਵਿੱਚ ਵੀ ਚੂਰੀ ਖਾਣ ਵਰਗਾ ਸਵਾਦ ਆਉਂਦਾ ਹੈ ਇਸ ਲਈ ਇਸ ਆਣੇ ਕੰਦੇ ਹਨ ਕਾਰਮਜੂਰੀ ਖਾਚੂਰੀ ਧਰਮਾਂ ਵਿੱਚ ਕੀਰਤ ਦੀ ਮਹਾਨਤਾ ਸਿੱਖਣ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਰਤਨੀ ਮਹਾਨਤਾ ਨੂੰ ਦਰਸਾਉਂਦੇ ਆ ਕੀਰਤ ਕਰਨ ਨਾਮ ਜਪਣ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਹੈ ਗੁਰਬਾਣੀ ਅਨੁਸਾਰ ਦਸਨੋਂ ਦੇ ਕੀਰਤ ਕਰਨ ਵਾਲਾ ਹੀ ਮਹਾਨ ਕੀਰਤੀ ਹੈ ਸੱਚੀ ਸੁੱਚੀ ਨiyet ਨਾਲ ਕੀਤੇ ਕੀਰਤ ਪ੍ਰਭੂ ਭਗਤੀ ਦੇ ਸਮਾਨ ਹੋ ਜਾਂਦੀ ਹੈ ਕੀਰਤੀ ਦੇ ਗੁਣ ਕਿਰਤੀ ਮਨੁੱਖ ਹਰ ਹਾਲ ਵਿੱਚ ਆਪਣੇ ਕੰਮ ਵਿੱਚ ਰੁਝਿਆ ਰਹਿੰਦਾ ਉਹ ਕਦੇ ਕੰਮ ਤੋਂ ਮੂੰਹ ਨਹੀਂ 모ੜਦਾ ਉਸ ਅੰਦਰ ਪਿਆਰ ਸਹਿਨਸ਼ੀਲਤਾ ਸਬਰ ਸੰਤੋਖ ਅਤੇ ਆਤਮ ਵਿਸ਼ਵਾਸ ਵਰਗੇ ਗੁਣ ਆਪਣੇ ਆਪ ਪਰਵੇਸ਼ ਕਰ ਲੈਂਦੇ ਹਨ ਉਹ ਮਨੁੱਖ ਨਾ ਤਾਂ ਵਿੱਲਾ ਰਹਿ ਸਕਦਾ ਅਤੇ ਨਾ ਹੀ ਕਿਸੇ ਦਾ ਮਾੜਾ ਸੋਟ ਸਕਦਾ ਪ੍ਰਸ਼ਟ ਤੇ ਵੇਲੇ ਲੋਕ ਪ੍ਰਸ਼ਟੰਗਾਂ ਨਾਲ ਪੈਸੇ ਕਮਾਉਣ ਵਾਲੇ ਜੀਵਨ ਦੀਆਂ ਉੱਚੀਆਂ ਕਦਰਾਂ ਕੀਮਤਾਂ ਨੂੰ ਸਮਝ ਨਹੀਂ ਸਕਦੇ ਉਨ੍ਹਾਂ ਨੂੰ ਮਾਨਸਿਕ ਸ਼ਾਂਤੀ ਨਹੀਂ ਮਿਲਦੀ ਅਤੇ ਉਹ ਸਰੀਰਿਕ ਰੋਗਾਂ ਦਾ ਸ਼ਿਕਾਰ ਹੋ ਜਾਂਦੇ ਹਨ ਜਿਵੇਂ ਉਹਨਾਂ ਨੇ ਲੋਕਾਂ ਦਾ ਖੂਨ ਚੂਸ ਕੇ ਕਮਾਈ ਕੀਤੀ ਹੁੰਦੀ ਹੈ ਉਹ ਉਵੇਂ ਹੀ ਚਲੀ ਜਾਂਦੀ ਹੈ ਵਿਲੇ ਲੋਕਾਂ ਦਾ ਵੀ ਕੋਈ ਅੰਤ ਨਹੀਂ ਅਜਿਹੇ ਲੋਕ ਕਈ ਟੰਗਾ ਨਾਲ ਆਮ ਲੋਕਾਂ ਨੂੰ ਠੱਗਦੇ ਹਨ ਇਹ ਲੋਕ ਸਾਡੇ ਸਮਾਜ 'ਤੇ ਕਲੰਕ ਦੀ ਤਰ੍ਹਾਂ ਹਨ ਇੱਕ ਪੰਜਾਬੀ ਅਖਾਣ ਹੈ ਜਿਹੜੇ ਹੱਥ ਨਾ ਕਰਦੇ ਕਾਰ ਦੁਨੀਆ ਉੱਤੇ ਹੁੰਦੇ ਪਾਰ ਸਾਰੰਸ਼ ਅੱਤੇ ਕਿਰਤ ਕਰਨ ਵਾਲਾ ਸਬਰ ਸੰਤੋਖ ਵਿੱਚ ਰਹਿ ਕੇ ਦੁਜੀਆ ਲਈ ਪ੍ਰੇਰਨਾ ਬਣਦਾ ਉਹ ਕਦੇ ਵੀ ਭੁੱਖਾ ਨਹੀਂ ਮਰਦਾ ਉਸ ਦੀ ਥੋੜੀ ਕਮਾਈ ਵਿੱਚ ਵੀ ਅੰਤ ਅਤੀ ਬਰਕਤ ਮੈਂਦੀ ਹੈ ਅਤੇ ਉਹ ਆਪਣੇ ਅੱਧੀ ਆਪਣੀ ਤਕਦੀਰ ਆਪ ਲਿਖਦਾ ਹੈ ਕਿਰਤ ਕਰਨ ਵਾਲਾ ਹੀ ਅੱਗੇ ਵੱਧਦਾ ਹੈ ਖੁਸ਼ੀ ਅਤੇ ਆਨੰਦ ਮਾਣਦਾ ਹੈ ਅਤੇ ਇਸ ਸੰਸਾਰ ਵਿੱਚ ਜੇਤੂ ਅਖਵਾਉਂਦਾ ਹੈ